ਸਾਡਾ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ 2024 ਦੇ ਵਿੱਚ, ਸਾਡਾ ਜਿਹੜਾ ਏਜੰਡਾ ਆ ਪੰਜਾਬ ਦੇ ਵਿੱਚ ਜਿੰਨੇ ਵੀ ਵਰਗ ਦੁਖੀ ਆ, ਮੁਲਾਜ਼ਮ ਵਰਗ ਬਹੁਤ ਦੁਖੀ ਆ, ਜੇ ਪੰਜਾਬ ਵਿੱਚ ਸਾਡੀ ਜੇ ਸਰਕਾਰ ਦੇ ਵਿੱਚ ਸਾਡਾ ਹੱਥ ਜਾਂਦਾ ਤਾਂ ਅਸੀਂ ਸਫਾਈ ਮਜ਼ਦੂਰ ਜਿਹੜੇ ਲੋਕ ਠੇਕੇ 'ਤੇ ਕਰ ਰਹੇ ਕੰਮ, ਜਾਂ ਸਫਾਈ ਮਜ਼ਦੂਰਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਠੇਕੇ 'ਤੇ ਲੇਬਰ ਵਿੱਚ ਆ ਰਹੀਆਂ ਆ, ਉਹਨਾਂ ਨੂੰ ਰੈਗੂਲਰ ਪੱਕਾ ਕੀਤਾ ਜਾਊਗਾ, ਰਹੇ ਆ ਧੰਦੇ ਚੱਲ ਰਹੇ, ਇਹਨਾਂ ਨੂੰ ਬਿਲਕੁਲ ਪਾਰਟੀ ਬੰਦ ਕਰੂਗੀ। ਔਰ ਜਿਹੜੀ ਪਾਰਟੀ ਦਾ ਏਜੰਡਾ ਜਿਹੜਾ ਆ ਉਹ ਏਜੰਡਾ ਇਹ ਆ ਕਿ ਇਹ ਸਾਰੇ ਲੋਕਤੰਤਰਿਕ ਪਾਰਟੀ ਹੈ, ਸਾਰੇ ਧਰਮਾਂ ਦੀ ਪਾਰਟੀ ਹੈ, ਸਾਰਿਆਂ ਨੂੰ, ਕਿਸਾਨ ਛੋਟਾ ਕਿਸਾਨ ਹੈ ਜਾਂ ਵੱਡਾ ਕਿਸਾਨ ਹੈ, ਮਜ਼ਦੂਰ ਹੈ, ਉਹਨਾਂ ਲਈ ਪੂਰਾ ਸੰਘਰਸ਼ ਕਰਕੇ ਅਸੀਂ ਜੇ ਸਰਕਾਰ 'ਚ ਆਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੀ ਪੂਰੀ ਜਿਸ ਤਰ੍ਹਾਂ ਕਿਸਾਨਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਉਹਨਾਂ ਨੂੰ ਦਿੱਤਾ ਜਾਊਗਾ। ਅੱਜ ਮੋਗਾ ਦੇ ਬਹੋਨਾ ਚੌਂਕ ਵਿੱਚ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਦੇ ਨੈਸ਼ਨਲ ਪ੍ਰਧਾਨ ਰਜਿੰਦਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਪ੍ਰੇਮ ਲਾਲ ਚੇਅਰਮੈਨ ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਲਖਵਿੰਦਰ ਸਿੰਘ ਲੱਖਾ ਬਾਬਾ ਧਰਮਕੋਟ ਨੂੰ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਕਿਸਾਨ ਵਿੰਗ ਲਗਾਇਆ ਗਿਆ ਅਤੇ ਗੁਰਪ੍ਰੀਤ ਸਿੰਘ ਧਰਮਕੋਟ ਨੂੰ ਵਾਈਸ ਪ੍ਰਧਾਨ ਲੇਬਰ ਸੈੱਲ ਪੰਜਾਬ ਲਗਾਇਆ ਗਿਆ। ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਪ੍ਰੇਮ ਲਾਲ ਸਰਸਹਿਰ ਅਤੇ ਜੁਗਰਾਜ ਸਿੰਘ ਜੈਮਲਵਾਲਾ ਨੇ ਕਿਹਾ ਕਿ ਲੋਕਾਂ ਨੂੰ 2024 ਦੀਆਂ ਚੋਣਾਂ 'ਚ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਦਾ ਸਾਥ ਦੇ ਕੇ ਐਸੀ ਭਾਈਚਾਰੇ ਦਾ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ ਅਤੇ ਸਰਕਾਰਾਂ ਤੋਂ ਨੌਕਰੀਆਂ ਮੰਗਣੀਆਂ ਚਾਹੀਦੀਆਂ ਹਨ, ਨਾ ਕਿ ਮੁਫਤ ਦੀਆਂ ਚੀਜ਼ਾਂ। ਅਗਰ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਤਾਂ ਆਟਾ ਦਾਲ ਅਸੀਂ ਆਪ ਲੈ ਸਕਦੇ ਹਾਂ। ਇਸ ਮੌਕੇ ਉਹਨਾਂ ਵੱਲੋਂ ਸਰਕਾਰਾਂ ਨੂੰ ਨਸ਼ਾ ਖਤਮ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਪ੍ਰੇਮ ਲਾਲ ਚੇਅਰਮੈਨ, ਜੁਗਰਾਜ ਸਿੰਘ ਜੈਮਲਵਾਲਾ ਪੰਜਾਬ ਪ੍ਰਧਾਨ, ਲਖਵਿੰਦਰ ਸਿੰਘ ਲੱਖਾ ਬਾਬਾ ਵਾਈਸ ਪ੍ਰਧਾਨ ਪੰਜਾਬ ਕਿਸਾਨ ਵਿੰਗ, ਗੁਰਪ੍ਰੀਤ ਸਿੰਘ ਵਾਈਸ ਪ੍ਰਧਾਨ ਲੇਬਰ ਸੈੱਲ ਪੰਜਾਬ, ਜਗਤਾਰ ਸਿੰਘ ਸਾਬਕਾ ਮੈਂਬਰ ਪੰਚਾਇਤ ਚੂੜ ਚੱਕ ਹਾਜ਼ਰ ਸਨ। ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਮੈਂ ਪਹਿਲਾਂ ਤੋਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਹੜੇ ਇੱਥੇ ਆਏ ਹਾਂ। ਔਰ ਮੇਰਾ ਨਾਮ, ਮੈਂ ਪ੍ਰੇਮ ਲਾਲ ਸਾਰਸਰ, ਰਾਸ਼ਟਰੀ ਵਾਈਸ ਚੇਅਰਮੈਨ ਡੈਮੋਕਰੇਟ ਭਾਰਤੀ ਸਮਾਜ ਪਾਰਟੀ। ਅੱਜ ਡੈਮੋਕਰੇਟ ਭਾਰਤੀ ਸਮਾਜ ਪਾਰਟੀ ਵੱਲੋਂ ਜੋ ਮੋਗੇ ਦੇ ਵਿੱਚ ਅਸੀਂ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਜੁਗਰਾਜ ਸਿੰਘ ਜੀ ਦੇ ਇੱਥੇ ਆਏ ਸੀਗੇ, ਔਰ ਇਹਨਾਂ ਦੇ ਵੱਲੋਂ ਇਹਨਾਂ ਦੀ ਸੇਵਾ ਦੇਖ ਕੇ ਪਾਰਟੀ ਪ੍ਰਤੀ ਬੜਾ ਹੀ ਇਹਨਾਂ ਦਾ ਉਤਸ਼ਾਹ ਆਇਆ। ਔਰ ਅੱਜ ਜੋ ਲਖਵਿੰਦਰ ਸਿੰਘ ਜੀ ਆ, ਲਖਵਿੰਦਰ ਸਿੰਘ ਜੀ ਲੱਖਾ, ਇਹਨਾਂ ਨੂੰ ਅੱਜ ਜਿਹੜੇ ਧਰਮਕੋਟ ਤੋਂ ਨੇ, ਇਹਨਾਂ ਨੂੰ ਅਸੀਂ ਅੱਜ ਪੰਜਾਬ ਦਾ ਸੀਨੀਅਰ ਵਾਈਸ ਪ੍ਰਧਾਨ ਕਿਸਾਨ ਵਿੰਗ ਪਾਰਟੀ ਵੱਲੋਂ ਲਾਇਆ ਗਿਆ ਹੈ। ਔਰ ਮੈਂ ਚਾਹੁੰਦਾ ਹਾਂ ਕਿ ਇਹ ਪਾਰਟੀ ਲਈ ਵਫਾਦਾਰੀ ਨਾਲ, ਜਿਹੜੇ ਇਮਾਨਦਾਰੀ ਨਾਲ ਕੰਮ ਕਰਨ। ਪਰ ਪਾਰਟੀ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਹੈ, ਪੰਜਾਬ ਦੇ ਵਿੱਚ ਪਾਰਟੀ ਜਿੱਥੇ ਵੀ ਚੱਲ ਰਹੀ ਹੈ, ਜਿੱਥੇ ਅਸੀਂ ਜਾ ਰਹੇ ਹਾਂ, ਉਹਨਾਂ ਨੂੰ ਅਹੁਦਾ ਦੇ ਰਹੇ, ਉਹਨਾਂ ਨੂੰ ਇਹ ਵੀ ਗੱਲ ਦੱਸ ਰਹੇ ਹਾਂ, ਪਾਰਟੀ ਸਹੀ ਕੰਮ ਕਰੂਗੇ, ਪਾਰਟੀ ਤੁਹਾਡੇ ਨਾਲ ਖੜ੍ਹੀ ਆ, ਗਲਤ ਕੰਮ ਦਾ ਪਾਰਟੀ ਕੋਈ ਸਾਥੀ ਨਹੀਂ। ਡੈਮੋਕਰੇਟ ਭਾਰਤੀ ਸਮਾਜ ਪਾਰਟੀ ਜਿਹੜੀ ਗਰੀਬ ਦੱਬੇ ਕੁਚਲੇ ਲੋਕ ਆ, ਉਹਨਾਂ ਦੀ ਮਦਦ ਕਰਨੀ ਸਾਡਾ ਫਰਜ਼ ਆ। ਔਰ ਡੈਮੋਕਰੇਟ ਭਾਰਤੀ ਸਮਾਜ ਪਾਰਟੀ 2024 ਦੇ ਵਿੱਚ ਇਲੈਕਸ਼ਨ ਜਿਹੜਾ ਆ ਰਿਹਾ ਹੈ, ਉਸ ਨੂੰ 13 ਹੀ ਪੰਜਾਬ ਦੀ ਸੀਟਾਂ 'ਤੇ ਡੈਮੋਕਰੇਟ ਭਾਰਤੀ ਸਮਾਜ ਪਾਰਟੀ ਇਲੈਕਸ਼ਨ ਲੜੂਗੀ ਔਰ ਕੈਂਡੀਡੇਟ ਖੜ੍ਹਾ ਕਰੂਗੀ। ਇੰਨਾ ਹੀ ਸਾਡਾ ਅੱਜ ਟੀਚਾ ਸੀਗਾ। ਮੋਗੇ ਆਇਆਂ ਦਾ ਤੁਹਾਡਾ ਧੰਨਵਾਦ ਆ। ਸਭ ਤੋਂ ਜ਼ਿਆਦਾ ਤਾਂ ਮਤਲਬ ਮੈਂ ਤੁਹਾਡੇ ਜਿਹੜੇ ਮਾਧਿਅਮ ਰਾਹੀਂ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਆਵਾਜ਼ ਤੁਸੀਂ ਪਹੁੰਚਾਉਣੀ ਆ, ਉਹਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਚੇਅਰਮੈਨ ਸਾਹਿਬ, ਜਿਹੜੀਆਂ ਆਉਣ ਵਾਲੀਆਂ 2024 ਦੀਆਂ ਚੋਣਾਂ, ਉਸ ਦੇ ਵਿੱਚ ਚੋਣ ਤੁਹਾਡੀ ਜਿਹੜੀ ਪਾਰਟੀ ਆ ਉਹਦਾ ਚੋਣ ਏਜੰਡਾ ਕੀ ਰਹੂਗਾ? ਸਾਡਾ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ 2024 ਦੇ ਵਿੱਚ, ਸਾਡਾ ਜਿਹੜਾ ਏਜੰਡਾ ਆ ਪੰਜਾਬ ਦੇ ਵਿੱਚ ਜਿੰਨੇ ਵੀ ਵਰਗ ਦੁਖੀ ਆ, ਮੁਲਾਜ਼ਮ ਵਰਗ ਬਹੁਤ ਦੁਖੀ ਆ, ਜੇ ਪੰਜਾਬ ਵਿੱਚ ਸਾਡੀ ਜੇ ਸਰਕਾਰ ਦੇ ਵਿੱਚ ਸਾਡਾ ਹੱਥ ਜਾਂਦਾ ਤਾਂ ਅਸੀਂ ਸਫਾਈ ਮਜ਼ਦੂਰ ਜਿਹੜੇ ਲੋਕ ਠੇਕੇ 'ਤੇ ਕਰ ਰਹੇ ਕੰਮ, ਜਾਂ ਸਫਾਈ ਮਜ਼ਦੂਰਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਠੇਕੇ 'ਤੇ ਲੇਬਰ ਵਿੱਚ ਆ ਰਹੀਆਂ ਆ, ਉਹਨਾਂ ਨੂੰ ਰੈਗੂਲਰ ਪੱਕਾ ਕੀਤਾ ਜਾਊਗਾ ਔਰ ਉਹਨਾਂ ਦੀ ਜਿਹੜੀ ਤਨਖਾਹ ਆ ਉਹ ਉਹਨਾਂ ਦੇ ਮੁਮਨ ਜੋ ਹੈਗਾ ਆ ਉਸ ਆਧਾਰ 'ਤੇ ਕੀਤੀ ਜਾਊਗੀ। ਔਰ ਪਾਰਟੀ ਦੇ ਵਿੱਚ ਨਜਾਇਜ਼ ਜਿਹੜੇ ਲੋਕਾਂ ਦੇ ਵਿੱਚ, ਜਿੱਦਾਂ ਲਾ ਲਓ ਨਸ਼ੇ ਦਾ ਕੰਮ ਚੱਲ ਰਿਹਾ ਆ, ਧੰਦੇ ਚੱਲ ਰਹੇ, ਇਹਨਾਂ ਨੂੰ ਬਿਲਕੁਲ ਪਾਰਟੀ ਬੰਦ ਕਰੂਗੀ। ਔਰ ਜਿਹੜੀ ਪਾਰਟੀ ਦਾ ਏਜੰਡਾ ਜਿਹੜਾ ਆ ਉਹ ਏਜੰਡਾ ਇਹ ਆ ਕਿ ਇਹ ਸਾਰੇ ਲੋਕ
लोकतांत्रिक पार्टी है, सारे धर्मां दी पार्टी है, सारिआं नूं किसान छोटा किसान है या बड़ा किसान है मजदूर है उन्हां लई पूरा संघर्ष करके असी जे सरकार च आए तो आने वाले समय के असी इन्हां दी पूरी जिस तरह क किसानां दा मुआवजा मिलना चाहिए उन्हां नूं दित्ता जाऊगा। उन्होंने इस तरह जिन्होंने गलत सर्टिफिकेट जिहड़े हुण ये रौला बहुत देश दे विच उठिया होया है, आवाज़ उठी है ऐसी सर्टिफिकेट बना के जिहड़े नौकरियां कर रहे उन्हां दी वाकई इनकवायरी होनी चाहिए है और उन्हां नूं जिस नौकरी ते कर रहे उन्हां नूं सस्पेंड किया जाना चाहिए है। उन्हां ते जिहड़ा जो परचा दर्ज हुंदा है उन्हां ते कानूनी कार्रवाई की जाए तो असी पार्टी दे विच जावांगे असी इहदी इनकवायरी जरूर करावांगे और आने वाले समय के असी यह भी दसना चाहते हाँ कि पिंडां दे विच जिहड़े विकास अधूरे हजे ताईं भी पए आ जिस तरह हुण ला लो नीले काटां दी गल है दाणियां दे उत्ते साडे लोक जिहड़े आ खरीदे हुए सरकार ने, पर मैं चाहुंदा आ सरकार नूं असी इह दसना चाहुंदे जे साडी सरकार आउंदी आ सत्ता दे विच ते घर घर एक एक नौकरी दित्ती जाऊगी, सानूं दाणे मंगण दी लोड़ नहीं पैणी, उही जे उहदी तनखाह पूरी होगी तां उह अपने दाणे आप लै सकदा आ। जिहड़े बिजली दे बिलां दी गल आ आज 300 यूनिट माफ़ करते जी आज 600 कर दते आ, नहीं ये असी नहीं चाहते उन्होंने नौकरी रुजगार दिता जाए और बिल जड़े आ लाए जान वो बिल लाए जान उन्होंने और उन्होंने जो नौकरी होगी तो उन्होंने को रुजगार होगा आने वाले समय से वो अपने अपने बिल आप देंगे, जे उन्होंने 50,000 रुपया महीने तनखा मिलती है तो वो अपना बिल दे सकता, वो भीख नहीं मंगूगा। इस करके एक भीख मंगण वाली गल है, राष्ट्रीय एक्ट आ ये जिहड़ा दाणियां दा गल चल रही है, कणक हर थां मतलब कपड़े हो रहे हैं, वो किसी के जिन्हें राशन कार्ड बनने चाहिए सी जिन्हें नीले कार्ड बनने चाहिए उन्होंने तो बने नहीं, उन्होंने कट्टे गए जिहड़े कि वड्डे लोग है जिहड़े किसान बहुत वड्डे लोग आ जिहड़े बहुत वड्डियां गड्डियां भी चल रही उन्होंने सारा कुछ उन्होंने जिहड़े अज भी जिहड़े आ उन्होंने कार्ड जिहड़े चल रहे आ। असी कहिंदे आ आने वाले समय के साडी जिहड़ी सरकार पार्टी डेमोक्रेट भारतीय समाज पार्टी साडे जिहड़े राष्ट्रीय नेता जी है वो डॉक्टर रजिंदर गिल जी के दिशा निर्देश से असी इस पार्टी अगे लैके जा रहे हैं और मैं चाहना हाँ कि देश के पंजाब दे विच जिहड़ा मुख्यमंत्री आ वो साडे दलित भाईचारा वाल्मीकि भाईचारे का भी मुख्यमंत्री असी देखना चाहते हैं और पंजाब दे विच देश दे विच कदी जिनी साडी आबादी आ उत्थे ला लो 3% लोग जिहड़े आ वो साडे ते मतलब राज कर रहे आ। मैं उस दलित भाईचारे नूं उस वाल्मीकि भाई SCBC नूं सारिआं नूं बेनती करना चाहुंदा देश दे विच अपना प्रधानमंत्री भी तुसीं अपना बनाओ और जे प्रधानमंत्री अपना बन जाऊगा राज्य जो हैगा साडे विच भी साडे बंदे जिहड़े अगे आउण और पढ़े लिखे जिहड़े लोग नौजवान आ वो नौकरियां तो बेरोज़गार फिर रहे आ जदों उन्हां नूं लोड़ हुंदी आ उदों नौकरी नहीं मिलती। मैं चाहुंदा कि आने वाले समय के डेमोक भारतीय समाज पार्टी की मैं अपील करदा हाँ साडी सरकार बनाओ, जो सरकार साडी बन गई ये सरकार तुहाडी अपनी होगी, जो तुसीं कहोगे वो असीं हाजिर करांगे। और साडे विच अज जिहड़े बैठे साडे पंजाब दे जिहड़े पार्टी दे प्रधान ने श्री जोगराज सिंह जी जैमल वाला ये तो नाल विचार सांझे करनगे पार्टी दे प्रधान हाँ जी। मैं जुगराज सिंह जी जैमल वाला पंजाब प्रधान डेमोक्रेट भारतीय समाज पार्टी अज तुहाडे नाल प्रेस दे नाल मीटिंग करने लई इत्थे पहुंचे हैं। कुछ अहुदेदार असी जिहड़े नियुक्त करन जा रहे हैं लखविंदर सिंह जी लखा सीनियर वाइस प्रधान किसान विंग लाए गए हैं और गुरप्रीत सिंह जी सकत्तर पंजाब दा अहुदा बदल के असी इन्हां नूं वाइस प्रधान लेबर सैल पंजाब लाया गया जी। होर असी प्रेस का बहुत धन्यवाद करते हैं जिहड़े कि प्रेस ने अज मोगा विखे जिहड़ी असी इत्थे मिलनी करन लई मीडिया के नाल आए हैं बहुत ही उन्होंने सहयोग दिता सानू, असी इस चैनल के धन्यवादी हैं। तो आने वाली इलैक्शन जिवें राष्ट्रीय अध्यक्ष जी साडे दस चुके हैं कि 13 दियां 13 सीटा ते असी अपने उम्मीदवार खिलारांगे और होर नौजवानों नूं असी यही संदेश देना चाहते हैं पार्टी वालों कि नशियां तो दूर रहो क्योंकि नशे के नाल बहुत जिंदगी जिहड़ी तबाह हो रही है, घरां दे घर बर्बाद हो रहे हैं। जिहड़ा कि आम पार्टी ने लारा लाया सी कि असी नशे का लक तोड़ के रखांगे पर उवें दा उवें ही है, कोई कानून
स्थिति भी कंट्रोल दे विच नहीं गई, घर के घर तबाह हो रहे हैं, किसी के चिराग ही जमें बुझ चुके हैं। तो आम पार्टी के सीएम साहब दावा करते थकते हैं कि असी कंट्रोल कर लिया, पर अज सारू पता, सारे समाज को पता, सारे पंजाब के लोगों को पता कि कोई भी कंट्रोल नहीं गा, कोई लॉ कानून नहीं गा, घर के घर बच्च चोरियां डाके कतलोगार हो रही है। इस उपर सरकार को ध्यान देना चाहिए। का खालसा श्री वाहगुरु जी की फतेह। मैं पिंड चूड़ चक तो सबका पंचायत मैंबर जगतार सिंह, जो अज साडे प्रधान जी ने कहा बोलिया कि जिन्हां दे नीबे कार्ड बनने से उन्हां दे बने ही नहीं, कार्ड सारे जिहड़े बने वो सारे जायदाद वालिआं दे बने आ। साडा पिंड चूड़ चक दे उहदा 100 कार्ड बनिआ होऊगा, 100 कार्ड रहिंदा गरीबां दा जिन्हें बेचारे दाणा दे भुखे मर रहे आ, ते जिहड़े तकड़े आ 10-10 किन्नेआं दे 15-15 किन्नेआं दे मालक आ, उह ट्रालियां भर के लई जांदे आ, उहनां दे नीबे कार्ड बने दे आ। वह नीले कार्ड बना के बादल पा मौके वो जाती बना गया आपके, तो गरीबा ने तो हजे अद्धों ज्यादा कार्ड ही नहीं बने। दूसरी गल ये है कि जेडे प्रधान जी ने कहा भी इसी कोटे से साडे नौकरियां कर रहे हैं, यह बहुत चिर की गल है जी, ये कोई अज की गल नहीं, हजारां बंदे पेंशन भी लै गए इसी कोटे चो, हजे हुण भी हजारां बंदा नौकरियां कर रहे हैं। चिट्टे की गल लै लो, चिट्टा कांग्रेस के राज अकालिया के राज लौके बिकता जी, हुण शरेआम सड़कों पर बिकता है,